ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਹਲਕਾ ਰਾਏਕੋਟ ਦੇ ਪਿੰਡ ਟੂਸੇ ਦੇ ਵਿੱਚ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਸਰਦਾਰ ਜੰਗ ਸਿੰਘ ਜੀ ਦੇ ਨਾਲ ਜੰਗ ਸਿੰਘ ਜੀ ਤੁਹਾਡੇ ਐਮਐਲਏ ਹਾਕਮ ਸਿੰਘ ਠੇਕੇਦਾਰ ਜੀ ਦੇ ਨਾਲ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਸਿੰਘ ਜੀ, ਦੱਸੋ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਹਲਕਾ ਰਾਏਕੋਟ ਨੂੰ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਮਿਲੇ ਨੇ ਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਕਿਸ ਤਰ੍ਹਾਂ ਤੁਹਾਡੇ ਦਿਲ ਦੇ ਵਿੱਚ ਜਿਹੜੇ ਲੱਡੂ ਨੇ ਫੁੱਟ ਰਹੇ ਨੇ ਇਸ ਵਕਤ? ਅਸੀਂ ਇਹ ਬਹੁਤ ਚਿਰ ਤੋਂ ਹੀ ਅਸੀਂ ਸੋਚ ਰਹੇ ਸੀ, ਕਿਉਂ ਅੱਜ ਤੋਂ ਸਾਡੇ 30-35 ਸਾਲ ਤੋਂ ਉਲਟਾ ਐਮਐਲਏ ਬਣਦਾ ਸੀ, ਸਰਕਾਰ ਦੂਜੇ ਦੇ ਹੁੰਦੀ, ਐਮਐਲਏ ਦੂਜਿਆਂ ਬਣ ਜਾਂਦਾ ਸੀ। ਲੇਕਿਨ ਆਹ 30-35 ਸਾਲਾਂ ਬਾਅਦ ਸਾਡੀ ਹੋਈ ਸਰਕਾਰ ਆਮ ਪਾਰਟੀ ਦੀ ਬਣੀ, ਆਮ ਪਾਰਟੀ ਦਾ ਹੀ ਐਮਐਲਏ ਬਣਿਆ। ਅਸੀਂ 2012 ਤੋਂ ਹੀ ਆਮ ਪਾਰਟੀ ਨਾਲ ਜੁੜੇ ਹੋਏ ਸੀਗੇ, ਲੇਕਿਨ ਪਿਛਲੇ 17 'ਚ ਹੀ ਅਸੀਂ ਸਾਡਾ ਜਿਹੜੀ ਫਤਿਹ ਕਰਨ ਦਾ ਸੀ, ਉਸੇ ਟਾਈਮ ਥੋੜ੍ਹਾ ਜਿਹਾ ਇਹਨਾਂ ਨੇ ਪੁਰਾਣੀਆਂ ਪਾਰਟੀਆਂ ਨੇ ਹੱਲਾ ਹੁੱਲਾ ਕਰਕੇ ਜਿਹੜੀ ਸਾਡੀ ਪਾਰਟੀ ਨੂੰ ਥੋੜ੍ਹਾ ਪਛਾੜਤਾ, ਜੋ ਕਿ ਹੁਣ ਅਸੀਂ ਇਸ ਨੂੰ ਪੂਰੇ ਫਤਿਹ ਕਰਕੇ ਅਸੀਂ ਠੇਕੇਦਾਰ ਹਾਕਮ ਸਿੰਘ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿ ਪੂਰੀ ਵੋਟ 'ਤੇ ਅਸੀਂ ਜਿਤਾਇਆ ਵਾ, ਉਹ ਜਿਹੜੇ ਸਾਡੇ ਕੰਮ ਅਧੂਰੇ ਆ ਉਹ ਪੂਰੇ ਕਰਨਗੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹੋ, ਔਰ ਹਲਕਾ ਰਾਏਕੋਟ ਦੇ ਵਿੱਚ ਸਿਟੀ ਲਾਈਵ ਦੀ ਟੀਮ ਦੇ ਸਾਹਮਣੇ ਕੁਝ ਇਹੋ ਜਿਹੇ ਚਿਹਰੇ ਆਏ ਨੇ ਕਿ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਝੰਡਾ ਚੁੱਕਿਆ, ਉਹਨਾਂ ਦੇ ਨਾਲ ਪਰਚੀਆਂ ਦੀ ਸਿਆਸਤ ਹੋਈ ਹੈ, ਕੀ ਤੁਹਾਨੂੰ ਵੀ ਕੋਈ ਪਰੇਸ਼ਾਨੀ ਇਹੋ ਜਿਹੀ ਆਈ? ਸਾਨੂੰ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਆਈ ਅੱਜ ਤੱਕ, ਨਾ ਹੀ ਪਰੇਸ਼ਾਨੀ ਆਵੇ ਸਾਨੂੰ ਇਹੋ ਜਿਹੀ, ਨਾ ਹੀ ਅਸੀਂ ਇਹ ਪਰੇਸ਼ਾਨੀ 'ਚ ਬਣਨਾ ਚਾਹੁੰਦੇ ਹਾਂ ਜੀ। ਅਤੇ ਜੰਗ ਸਿੰਘ ਜੀ, ਹੁਣ ਤੁਸੀਂ ਇਹ ਚਾਨਣਾ ਪਾਓ, ਜੇਕਰ ਗੱਲ ਕਰੀਏ ਤੁਹਾਡੇ ਪਿੰਡ ਟੂਸੇ ਦੀ, ਤਾਂ ਪਿੰਡ ਟੂਸੇ ਦੇ ਹੁਣ ਤੱਕ ਤੁਹਾਡੇ ਮੌਜੂਦਾ ਸਰਪੰਚ ਨੇ ਕਿਹੜੇ ਕਿਹੜੇ ਕੰਮ ਕਰਵਾਏ ਆ ਜੀ? ਮੇਰੇ ਖਿਆਲ 'ਚ ਤਾਂ ਸਾਡੇ ਸਰਪੰਚ ਨੇ ਕੋਈ ਇਹੋ ਜਿਹਾ ਕੰਮ ਵਧੀਆ ਕਰਾਇਆ ਨਹੀਂ ਹੈ, ਉਹਨੇ ਜੋ ਵੀ ਕੁਛ ਆ ਆਪਦੇ ਪੱਲੇ ਹੀ ਪਾਇਆ ਵਾ, ਯਾਨੀ ਪਿੰਡ ਦੇ ਪੱਲੇ ਕੁਛ ਨਹੀਂ ਪਾਇਆ। ਸਾਡੇ ਪਿੰਡ ਨੂੰ NRI ਨੇ ਬਹੁਤ ਪੈਸਾ ਭੇਜਿਆ, ਉਹ 'ਚੋਂ ਵੀ ਯਾਨੀ ਉਹਨੇ ਆਪ ਖਾ ਲਏ ਹੋਣਗੇ, ਲੇਕਿਨ ਕੀਤਾ ਨਹੀਂ ਹੈ। ਇੱਕ ਸ਼ੈੱਡ ਬਣਾਇਆ ਵਾ ਦਰਵਾਜ਼ੇ NRI ਦਾ, ਉਹ ਵੀ ਉਹਨੇ ਤੋੜਵਾ ਤਾ, ਯਾਨੀ ਸ਼ੈੱਡ ਪੈਸੇ ਉਹ 'ਚ ਵੀ ਆਪ ਉਹਦਾ ਖਾ ਗਿਆ ਜੀ। ਅਤੇ ਜੇਕਰ ਆਪਾਂ ਹੁਣ ਦੀ ਗੱਲ ਕਰੀਏ, ਅਤੇ ਹੁਣ ਇਹ ਵੀ ਚਾਨਣਾ ਪਾ ਦਿਓ ਕਿ ਤੁਹਾਡੀ ਸਰਕਾਰ ਦੇ ਹੀ ਤੁਹਾਨੂੰ MLA ਮਿਲੇ ਨੇ ਹਾਕਮ ਸਿੰਘ ਠੇਕੇਦਾਰ ਜੀ, ਅਤੇ ਪਿੰਡ ਟੂਸੇ ਦੇ ਤੁਸੀਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਆਪਣੇ MLA ਤੋਂ ਪਹਿਲ ਦੇ ਆਧਾਰ 'ਤੇ ਕਰਵਾਉਣਾ ਚਾਹੋਗੇ? ਅਸੀਂ ਪਹਿਲ ਦੇ ਆਧਾਰ 'ਤੇ ਤਾਂ ਸਾਡਾ ਸਕੂਲ ਹੈ ਜੀ, ਖਾਲਸਾ ਹਾਈ ਸਕੂਲ ਟੂਸਾ, ਜਿਹ 'ਚ ਅਸੀਂ ਖੁਦ ਪੜ੍ਹੇ ਵੀ ਹਾਂ ਜੀ। ਜਦੋਂ ਅਸੀਂ ਪੜ੍ਹਦੇ ਹੁੰਦੇ ਜੀ ਉਤੋਂ ਬਹੁਤ 600-700 ਦੀ ਨਫਰੀ ਹੁੰਦੀ, ਹੁਣ ਸਾਰੇ 80 ਬੱਚੇ ਉੱਥੇ ਪੜ੍ਹਦੇ ਆ ਜੀ। ਉਹ ਸਕੂਲ ਜਿਵੇਂ ਟੁੱਟਣ ਦੇ ਲਾਇਕ ਆ, ਉਹਨੂੰ ਸਰਕਾਰੀ ਸਕੂਲ ਬਣਾਇਆ ਜਾਵੇ। ਬਾਕੀ ਸਾਡੇ ਪਿੰਡ 4-5 ਛੱਪੜ ਆ ਟੋਭੇ ਵੱਡੇ ਵੱਡੇ ਪਾਣੀ ਦੇ ਭਰੇ ਪਏ ਆ ਜੀ, ਉਹਨਾਂ ਟੋਭਿਆਂ ਨੂੰ ਖਤਮ ਕਰਕੇ ਇੱਕ ਅੱਧੇ ਟੋਭੇ 'ਚ ਗਰਾਊਂਡ ਬਣਾਈ ਜਾਵੇ। ਸਾਡੇ ਪਿੰਡ 'ਚ ਕੋਈ ਵੀ ਜਵਾਕਾਂ ਨੂੰ ਖੇਲਣ ਵਾਸਤੇ ਕੋਈ ਸਹੂਲਤ ਹੈ ਨਹੀਂ ਗੀ, ਗਰਾਊਂਡ ਕੋਈ ਹੈ ਨਹੀਂ ਗਾ, ਚੱਜ ਦਾ ਗਰਾਊਂਡ ਬਣਾਇਆ ਜਾਵੇ। ਅਤੇ ਸਿਟੀ ਲਾਈਵ ਚੈਨਲ ਦੇ ਜਿਹੜੀ ਅੰਤ ਵਿੱਚ ਤੁਸੀਂ ਤੁਹਾਡੇ MLA ਹਾਕਮ ਸਿੰਘ ਠੇਕੇਦਾਰ ਜੀ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ, ਵੀ ਆਪਦਾ ਮਿਹਨਤ ਦੇ ਨਾਲ ਜੋ ਵੀ ਆ, ਜਿਵੇਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ, ਉਸੇ ਤਰ੍ਹਾਂ ਉਹ ਸਾਡਾ ਕੰਮ ਕਰਨ ਦੇ ਹੋਣ ਨਾਲ ਅਸੀਂ ਉਹਨਾਂ ਨੂੰ ਪੂਰਾ ਫਤਵਾ ਦੇਵਾਂਗੇ। 5 ਸਾਲ ਆ, ਅਗਲੇ 5 ਸਾਲ ਫਿਰ ਆਪਣੇ ਆਪ ਅਸੀਂ ਉਹਨਾਂ ਨੂੰ ਵੋਟਾਂ ਜਾ ਕੇ ਪਾਵਾਂਗੇ ਜੀ, ਵਧੀਆ ਕੰਮ ਕਰਨਗੇ ਸਾਡੇ ਨਾਲ। ਹਲਕਾ ਰਾਏਕੋਟ ਦੇ ਅੱਗੇ ਦੇ ਹਾਲਾਤਾਂ ਦਾ ਵੇਰਵਾ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।